ਤਰਸੀਮ ਸਿੰਘ ਪੰਗੂ ਦੀ ਪੁਸਤਕ ਫੇਸਬੁੱਕ ਬਨਾਮ ਕਲੇਸ਼ ਬੁੱਕ ਦਾ ਵਿਅੰਗ ਹੈ ਪੂਛਾਂ ਵਾਲੇ ਜੀਵ ਵਿਗਿਆਨੀ ਅਨੁਸਾਰ ਮਨੁੱਖ ਵਰਤਮਾਨ ਰੂਪ ਚ ਆਉਣ ਤੋਂ ਪਹਿਲਾਂ ਜਦੋਂ ਜੰਗਲਾਂ ਦਾ ਵਾਸੀ ਸੀ ਜਾਇ ਇਹਦੇ ਵਿਕਾਸ ਦਾ ਮੁੱਢ ਵੱਜਾ ਸੀ ਤਾਂ ਪੂਛ ਵਾਲਾ ਹੀ ਸੀ ਇਸ ਰੂਪ ਚ ਪਹੁੰਚਣ ਲਈ ਇਹਨੂੰ ਲੱਖਾਂ ਸਾਲ ਲੱਗੇ ਹਨ ਹੋਰ ਪੂਛਾਂ ਵਾਲੇ ਪ੍ਰਾਣੀਆਂ ਦੀਆਂ ਤਾਂ ਪੂਛਾਂ ਨਾਲ ਹੀ ਹਨ ਪਰ ਮਨੁੱਖ ਦੀ ਪੂਛ ਗਾਇਬ ਹੋ ਗਈ ਜਦੋਂ ਮਨੁੱਖ ਥੋੜਾ ਸਿਆਣਾ ਹੋਇਆ ਤਾਂ ਉਹਨੂੰ ਮਹਿਸੂਸ ਹੋਣ ਲੱਗਾ ਕਿ ਪੂਛ ਤਾਂ ਮੇਰੀ ਪਛਾਣ ਸੀ। ਪੂਛੋ ਬਗੈਰ ਤਾਂ ਮੈਂ ਅਧੂਰਾ। ਇਸ ਲਈ ਆਪਣੀ ਸਿਆਣਪ ਵਰਤ ਕੇ ਮਨੁੱਖ ਨੇ ਵੱਖਰੀ ਪੂਛ ਜੋੜਨੀ ਸ਼ੁਰੂ ਕਰ ਦਿੱਤੀ। ਕਹਿਣ ਤੋਂ ਪਹਿਵਾ ਵੱਖਰੀ ਪਛਾਣ ਦੀ ਪੂਛ ਜਿਵੇਂ ਤਖੱਲਸ ਉੱਚੀ ਜਾਤੀ ਜਾਂ ਰੁਤਬੇ ਦੀ ਪੂਛ ਦੇ ਰੂਪ ਚ। ਪੂਛਾਂ ਵਾਲੇ ਅਨੇਕ ਪ੍ਰਾਣੀ ਹਨ ਪਰ ਸਭ ਤੋਂ ਵਿਸ਼ੇਸ਼ ਦਰਜਾ ਕੁੱਤੇ ਦੀ ਪੂਛ ਨੂੰ ਹਾਸਲ ਹੈ। ਕੁੱਤੇ ਦੀ ਪੂਛ ਕੱਟਣ ਤੋਂ ਬਾਅਦ ਵੀ ਅਮਰ ਹੈ। ਕਿਉਂਕਿ ਕਦੀ ਕਿਸੇ ਨੇ ਇਹ ਨਹੀਂ ਕਿਹਾ ਵੀ ਫਲਾਣਾ ਬੰਦਾ ਬੜਾ ਸੰਡੇ ਦੀ ਪੂਛ ਸ਼ੇਰ ਦੀ ਪੂਛ ਜਾਂ ਕਿਸੇ ਹੋਰ ਦੀ ਪੂਛ ਹੈ। ਕੁੱਤੇ ਦੀ ਮਰਫ਼ਤ ਤੇ ਮਾਨ ਸਨਮਾਨ ਮਨੁੱਖ ਨਹੀਂ ਹੀ ਮਨੁੱਖ ਨੂੰ ਦਿੱਤਾ। ਕੁੱਤਾ ਮਨੁੱਖ ਦਾ ਸਭ ਤੋਂ ਵੱਧ ਨੇੜਲਾ ਤੇ ਵਫਾਦਾਰ ਪ੍ਰਾਣੀ ਮੰਨਿਆ ਗਿਆ। ਮਨੁੱਖੀ ਵਿਸ਼ੇਸ਼ਤਾ ਇਹ ਹੈ ਕਿ ਆਪਣੇ ਸਭ ਤੋਂ ਵੱਧ ਨੇੜਲੇਆਂ ਨੂੰ ਹੀ ਭੰਡਦਾ ਹੈ। ਆਪਣੇ ਨੇੜਲੇਆਂ ਵਿੱਚ ਇਹਨੂੰ ਸਭ ਤੋਂ ਵੱਧ ਔਗਣ ਨਜ਼ਰ ਆਉਂਦੇ ਹੈ। ਪਰ ਆਪਣੇ ਔਗਣੇ ਵੇਖਦਾ ਹੀ ਨਹੀਂ ਇਸ ਕਰਕੇ ਹੀ ਕਹੇਗਾ ਫਲਾਣਾ ਬੜਾ ਕੁੱਤੇ ਦੀ ਪੂਛ ਹੈ। ਭਾ ਬੜਾ ਕੁੱਤਾ ਬੰਦਾ ਹੈ। ਹੁਣ ਮਨੁੱਖ ਨੇ ਛਾਇਦੇ ਮੁਹਾਵਰਾ ਬਦਲਣ ਲਈ ਪਾਲਤੂ ਕੁੱਤਿਆਂ ਦੀਆਂ ਪੂਛਾਂ ਵਧੜਨੀਆਂ ਸ਼ੁਰੂ ਕਰਤੀਆਂ। ਇਸ ਮਾਮਲੇ 'ਚ ਕੁੱਤੇ ਬਹੁਤ ਖੁਸ਼ ਹੈ। ਕਮ ਸੇ ਕਮ ਉਹ ਇਸ ਮੇੜੇ ਤੋਂ ਮੁਕਤ ਹੋ ਜਾਣਗੇ ਕਿ ਐਨਾ ਚਿਰ ਕੁੱਤੇ ਦੀ ਪੂਛ ਵੰਝਲੀ 'ਚ ਪਾ ਛੱਡੀ, ਬਾਹਰ ਕੱਢੀ ਫਿਰ ਵਿੰਗੀ ਦੀ ਵਿੰਗੀ। ਇੱਥੇ ਵੀ ਮਨੁੱਖ ਦਾ ਸਵਾਰਥ ਹੈ ਕਿਉਂਕਿ ਕੁੱਤੇ ਵੱਲੋਂ ਆਪਣੇ ਮਾਲਕ ਨੂੰ ਮਿਲਣ ਆਉਣ ਵਾਲੇ ਦਾ ਵੀ ਪੂਛ ਲਾ ਕੇ ਸਵਾਗਤ ਕੀਤਾ ਜਾਂਦਾ ਹੈ। ਪੂਛ ਲਾਉਣੀ ਉਹ ਵਫਾਦਾਰੀ ਸਿੱਧ ਹੁੰਦੀ ਹੈ। ਪਰ ਕੁੱਤੇ ਦੀ ਲੰਡੀ ਪੂਛ ਹਿਲਦੀ ਇੰਜ ਲੱਗਦੀ ਹੈ ਜਿਵੇਂ ਕੁੱਤਾ ਨਹੀਂ ਕੁੱਤੇ ਦਾ ਮਾਲਕ ਕੁੱਤੇ ਦੀ ਮਾਰਫਤ ਆਉਣ ਵਾਲੇ ਨੂੰ ਅੰਗੂਠਾ ਬੁਖਾਰਿਆ ਹੋਵੇ ਵੈਸੇ ਤਾਂ ਪੂਛ ਪਛਾਣਾ ਹੈ ਤੇ ਜੇ ਪੂਛ ਕੱਟ ਦਿੱਤੀ ਜਾਵੇ ਜਾਂ ਆਪਣੇ ਆਪ ਛੱਡ ਜਾਵੇ ਤਾਂ ਲੰਡਾ ਜਾਂ ਲੰਡੀ ਦੀ ਪਛਾਣ ਆਪਣੇ ਆਪ ਹੀ ਜੁੜ ਜਾਂਦੀ ਹੈ ਜਿਵੇਂ ਇੱਕ ਅੱਖੋਂ ਹੀਣਾ ਭਾਵੇਂ ਚੰਗਾ ਹੀ ਹੋਵੇ ਤਾਂ ਵੀ ਕਹਿ ਦਿੰਦੇ ਆ ਕਾਣੇ ਦੀ ਤਾਂ ਰਾਗੀ ਵੱਖਰੀ ਹੈ ਖੈਰ ਜਾਨਵਰਾਂ ਦੀ ਗੱਲ ਛੱਡ ਕੇ ਇਨਸਾਨ ਦੀ ਗੱਲ ਕਰੀਏ ਹਰੇਕ ਜਾਨਦਾਰ ਪ੍ਰਾਣੀ ਦੇ ਵਗ ਜਾਂ ਡਾਰਟਿਕ ਮੁਖੀ ਹੁੰਦਾ ਹੈ ਉਦੀ ਅਗਵਾਈ ਚ ਸਾਰੇ ਚੱਲਦੇ ਐ ਕੋਈ ਸਮਾਂ ਹੋਏਗਾ ਜਦੋਂ ਮਨੁੱਖੀ ਵਗ ਦੀ ਅਗਵਾਈ ਕਿਸੇ ਸਿਆਣੇ ਨੇ ਕੀਤੀ ਹੋएगी ਤੇ ਮਨੁੱਖ ਜੰਗਲਾਂ ਚੋਂ ਬਾਹਰ ਆ ਗਿਆ ਪਰ ਵਰਤਮਾਨ 'ਚ ਇਸ ਵਗ ਚ ਵਿਚਰਨ ਵਾਲਾ ਹਰੇਕ ਹੀ ਆਪਣੇ ਆਪ ਨੂੰ ਸਭ ਤੋਂ ਸਿਆਣਾ ਤੇ ਉੱਤਮ ਸਮਝਦਾ ਤੇ ਬਾਕੀਆਂ ਦੀ ਅਗਵਾਈ ਕਰਨਾ ਚਾਹੁੰਦਾ ਐ ਇਸੇ ਕਰਕੇ ਵੱਖਰੀ ਪਛਾਣ ਲਈ ਪੂਛ ਲਾਉਣ ਦੀ ਲੋੜ ਪਈ ਇਸ ਪੂਛ ਨੂੰ ਅਸੀਂ ਹੋਮੇ ਦੀ ਪੂਛ ਵੀ ਕਹਿ ਸਕਦੇ ਐ অনুকھی সমাজ ਵਿੱਚ ਰਤਬੇ ਲਈ ਉੱਚੀ ਜਾਤ ਤੋਂ ਇਲਾਵਾ ਸਕੱਤਰੀ ਚੇਅਰਮੈਨੀ ਸਰਪ੍ਰਸਤੀ ਆਦ ਕਈ ਪੁੱਛਾਂ ਹਨ ਪਰ ਸਭ ਤੋਂ ਉੱਤਮ ਹੈ ਪ੍ਰਧਾਨਗੀ ਦੀ ਪੂਛ ਇਸ ਪੂਛ ਅੱਗੇ ਸਾਰੇ ਪੁੱਛਾਂ ਹਲੌਣ ਲੱਗ ਪੈਂਦੇ ਐ ਇਹ ਵੱਖਰੀ ਗੱਲ ਹੈ ਕਿ ਪੂਛ ਲੱਗਣ ਤੋਂ ਬਾਅਦ ਪ੍ਰਧਾਨ ਦੀ ਅੱਖ ਸਭ ਨੂੰ ਲੰਢੀ ਵੇਖਣ ਲੱਗ ਪੈਂਦੀ ਹੈ ਜਿਹਦੀ ਪ੍ਰਤੱਖ ਉਦਾਹਰਣ ਅਸੀਂ ਰਾਜਨੀਤੀ ਵਿੱਚਰ ਦੇ ਪ੍ਰਧਾਨਾਂ ਦੀ ਵੀ ਦੇਖ ਸਕਦੇ ਹਾਂ ਪੂਛ ਲਵਾਉਣ ਖਾਤਰ ਕਈ ਜੋੜ ਤੋੜ ਟਿਕੜਮ ਬਾਜ਼ੀਆਂ ਅੱਖਾਂ 'ਚ ਹੰਝੂਆਂ ਦੇ ਨਾਟਕ ਜੋ ਛੀਲੇ ਭਾਸ਼ਣ ਗੱਲ ਗਲ ਤੇ ਬੇਮਤਲਬ ਭਾਵਕਤਾ ਜਿਵੇਂ ਦੁਨੀਆ ਭਰ ਦੇ ਦੁੱਖਾਂ ਨਾਲ ਮਨ ਭਰਿਆ ਹੋਵੇ ਕਿੰਨਿਆਂ ਨੂੰ ਹੀ ਪੁੱਛ ਲਈ ਤਰਸਦਿਆਂ ਨੂੰ ਨੁਕਰੇ ਲਾਇਆ ਜਾਂਦਾ ਹੈ ਜੋ ਸਿਰਫ ਗੋਡੀ ਹੱਥ ਲਵਾਉਣ ਜੋਗੇ ਹੀ ਰਹਿ ਜਾਂਦੇ ਐ ਵੈਸੇ ਪੂਛ ਨਾਲ ਸਾਬਕਾ ਲੱਗਣ ਨਾਲ ਤਾਂ ਉਮਰ ਲਈ ਪੂਛ ਲੱਗ ਜਾਂਦੀ ਹੈ ਪ੍ਰਧਾਨਗੀ ਦੀ ਪੂਛ ਤੇ ਫਾਇਦੇ ਬਹੁਤ ਐ ਜਣਾ ਖੰਡਾ ਲੰਡੀ ਪੁੱਚੀ ਐ ਰਾਂ ਗਹਿਰਾ ਨੱਥੂ ਖੈਰਾ ਪ੍ਰਧਾਨ ਜੀ ਜਾਂ ਪ੍ਰਧਾਨ ਸਾਹਿਬ ਕਹਿ ਕੇ ਬੁਲਾਉਂਦਾ ਪ੍ਰਧਾਨ ਬਣ ਕੇ ਤੁਸੀਂ ਕੁਝ ਵੀ ਕਰੀ ਜਾਓ ਸਾਰਾ ਕੁਝ ਮਾਫ ਹੁੰਦਾ ਹੈ ਕੁੱਤੇ ਕੰਮ ਕਰਦੇ ਆ ਬੇਸ਼ੱਕ ਤੁਸੀਂ ਆਪਣੀ ਉਮਰ ਦਾ ਵੀ ਖਿਆਲ ਰੱਖੋ ਹਾਂ ਤੁਹਾਡੇ ਹੱਕ ਚ ਭੁਗਤਣ ਵਾਲੇ ਤੇ ਨਾਰੇ ਲਾ ਕੇ ਤੁਹਾਨੂੰ ਸੱਚਾ ਸੁੱਚਾ ਸਿੱਧ ਕਰਨ ਲਈ ਪੂਛਾਂ ਵਾਲੇ ਚਮਚੇ ਜ਼ਰੂਰ ਰੱਖਣੇ ਪੈਣਗੇ ਫਿਰ ਤੁਹਾਡੀ ਪੂਛ ਨੂੰ ਕੋਈ ਖਤਰਾ ਨਹੀਂ ਕਿਧਰੇ ਵੀ ਬੁਲਾਵੇ ਤੇ ਜਾਂਦੇ ਹੋ ਪ੍ਰਧਾਨਗੀ ਮੰਡਲ ਚ ਤੁਹਾਡੀ ਸੀਟ ਰੱਖਵੀ ਹੈ ਤੁਸੀਂ ਐਂਟਰੀ ਕੀਤੀ ਤੇ ਸਟੇਟਸ ਕੱਤਨੇ ਅਨਾਉਂਸ ਕੀਤਾਗੇ ਫਲਾਣੀ ਸਭਾ ਸੁਸਾਇਟੀ ਵਰਕਰ ਯੂਨੀਅਨ ਧਾਰਮਿਕ ਜਥੇਬੰਦੀ ਮਿਸ਼ਨ ਜਾਂ ਵਿਸ਼ੇਸ਼ ਜਾਤੀ ਦੇ ਪ੍ਰਧਾਨ ਪਹੁੰਚੇ ਹਨ ਉਹਨਾਂ ਦਾ ਸਵਾਗਤ ਹੈ ਕਿਰਪਾ ਕਰਕੇ ਉਪਰਧਾਨਗੀ ਮੰਡਲ 'ਚ ਆ ਜਾ ਉਸ ਵਕਤ ਉਸ ਵਕਤ ਆਪੂ ਬਣੇ ਜਾਂ ਖੋਤੀ ਪ੍ਰਧਾਨ ਦੀ ਇੱਜ਼ਤ ਦਾ ਮਜ਼ਾ ਤਾਂ ਉਹੀ ਮਹਿਸੂਸ ਕਰ ਸਕਦਾ ਜਿਹਦੇ ਪ੍ਰਧਾਨਗੀ ਦੀ ਪੂਛ ਲੱਗੀ ਹੋਵੇ ਪ੍ਰਧਾਨਗੀ ਦੀ ਪੂਛ ਦਾ ਆਨੰਦ ਹੀ ਵੱਖਰਾ ਹੈ ਵੱਡੇ ਵੱਡੇ ਅਫਸਰ ਤੁਹਾਡੇ ਅੱਗੇ ਸਿਰ ਝੁਕਾ ਹੱਥ ਜੋੜ ਜੋੜ ਪੁੱਛਾ ਲਾਉਂਦੇ ਐ ਤੇ ਪ੍ਰਧਾਨ ਸਾਹਿਬ ਦੀ ਸੁਵਲੀ ਨਿਗਾ ਸਾਡੇ ਤੇ ਮਿਹਰਬਾਨ ਹੋ ਜਾਏ ਮਿਹਰਬਾਨ ਪੁੱਛ ਕਰਕੇ ਕਈ ਨਕਮੇ ਕੰਮ ਤੇ ਲੱਗ ਜਾਂਦੇ ਅਤੇ ਪ੍ਰਧਾਨਗੀ ਦੀ ਪੁੱਛ ਲਈ ساری ਉਮਰ ਪੂਛਾਂ ਲਾਉਂਦੇ ਰਹਿੰਦੇ ਆ ਇਸ ਰੁਤਬੇ ਦੀ ਜਾਣ ਪਛਾਣ ਕਰਾਉਣ ਵਾਲਾ ਕਹੇਗਾ ਸਰ ਇਹ ਨੇ ਫਲਾਣੀ ਸਤਸੰਗ ਕਮੇਟੀ ਗਊਸ਼ਾਲਾ ਕਮੇਟੀ ਸੇਵਾ ਸੰਬਧੀ ਢਮਕੜਾ ਸੇਵਾ ਦਲ ਹੱਡਾ ਰੋੜੀ ਕੁੱਤਾ ਬਚਾਓ ਕਮੇਟੀ ਫਲ ਸਭਾ ਫਲਾਣ ਸਭਾ ਦੇ ਪ੍ਰਧਾਨ ਉਸ ਵੇਲੇ ਪੂਛ ਆਕੜ ਕੇ ਕੰਡ ਨਾਲ ਲੱਗ ਜਾਂਦੀ ਹੈ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕੋਈ ਅਦਾਰਾ ਜਾਂ ਸੰਸਥਾ ਮੁਖੀ ਤੋਂ ਬਿਨਾਂ ਨਹੀਂ ਚੱਲਦੀ ਪਰ ਤੁਹਾਨੂੰ ਆਲੇ-ਦੁਆਲੇ ਸਮਾਜ 'ਚ ਐਸੇ ਲੋਕ ਮਿਲ ਜਾਣਗੇ ਜਿਨ੍ਹਾਂ ਕੋਲ ਕੇਵਲ ਤੇ ਕੇਵਲ ਪ੍ਰਧਾਨਗੀ ਦੀ ਪੂਛਤਾ ਹੁੰਦੀ ਹੈ ਪਰ ਹੋਰ ਕੁਝ ਨਹੀਂ ਹੁੰਦਾ ਤੁਸੀਂ ਰਾਜਨੀਤੀ 'ਚ ਵੇਖਿਆ ਹੋਵੇਗਾ ਪ੍ਰਧਾਨਗੀ ਦੀ ਪੂਛ ਖਾਤਰ ਆਪਣੇ ਬੱਚਿਆਂ ਦੀ ਉਮਰ ਦੀ ਪ੍ਰਧਾਨਾਂ ਦੀ ਚਾਪਲੂਸੀ ਕਰਦੇ ਆ ਉਹਨਾਂ ਅੱਗੇ ਪੂਛ ਲਾਉਂਦੇ ਆ ਉਹਦੀ ਵੱਡੀ ਪ੍ਰਧਾਨਗੀ ਦੀ ਕਾਮਨਾ ਕਰਦੇ ਆ ਉਮਰ ਵੀ ਜਾਂਦੀ ਹੈ ਕਿਉਂਕਿ ਉਹਨਾਂ ਦੁਆਵਾਂ 'ਚ ਵੀ ਖੁੱਦ ਦੀ ਪ੍ਰਧਾਨਗੀ ਦੀ ਪੂਛ ਛੁਪੀ ਹੁੰਦੀ ਹੈ ਇਹ ਤਾਂ ਸਾਰੇ ਜਾਣਦੇ ਹੀ ਹੈ ਕਿ ਪੂਛ ਬੈਠਣ ਲੱਗਿਆਂ ਥਾਂ ਸਾਫ਼ ਕਰਨ ਦੇ ਕੰਮ ਵੀ ਆਉਂਦੀ ਹੈ ਪਰ ਜਿਹਿਆਂ ਪੂਛਾਂ ਤਾਂ ਲੋਕਾਂ ਦੇ ਬੁੱਝੇ ਹੀ ਸਾਫ਼ ਕਰਦੀਆਂ ਲਓ ਜੀ ਅਸੀਂ ਵੀ ਅੱਧੀ ਉਮਰ ਦੂਜਿਆਂ ਦੇ ਅੱਗੇ ਪਿੱਛੇ ਪੂਛ ਲਾਉਂਦੇ ਪ੍ਰਧਾਨਗੀ ਦੀ ਪੂਛ ਲਵਾਉਣ ਚ ਕਾਮਯਾਬ ਹੋ ਹੀ ਗਏ ਸਾਡੀ ਪ੍ਰਧਾਨਗੀ ਦੀ ਖਬਰ ਜਿਵੇਂ ਹੀ ਅਖਬਾਰਾਂ ਦੀਆਂ ਸੁਰਖੀਆਂ ਬਣੀ ਫੋਨ ਸਾਹ ਨਾ ਲੈਣ ਦੇਵੇ ਮੁਕਸਰੋ ਆਜ਼ਾਦ ਪੰਘੂ ਸਾਹ ਪ੍ਰਧਾਨਗੀ ਦੀਆਂ ਮੁਬਾਰਕਾਂ ਫਰੋਜ਼ ਫਰੋ ਐਮ ਕੇ ਰਾਹੀ ਗਿਲਾ ਕਰੀ ਜਾਵੇ ਯਾਰ ਪ੍ਰਧਾਨ ਕਾ ਦਾ ਬਣਿਆ ਮਾੜੇ ਬੰਦੇ ਦਾ ਫੋਨ ਹੀ ਨਹੀਂ ਚੱਕਦਾ ਤੇ ਸਾਡੇ ਗੁਰੂ ਨੂਰ ਸੰਤੋਖਪੁਰ ਜੀ ਦਾ ਕਾਫੀ ਉਤਸ਼ਾਹ ਭਰਿਆ ਫੋਨ ਸੀ ਕਿ ਗੁਰੂ ਜੀ ਨਾਲ ਦੇ ਟੱਪਣੇ ਚੇਲੇ ਜਾਣ ਛੜੱਪ ਯਾਰ ਚੰਗਾ ਛੜੱਪਾ ਮਾਰਿਆ ਮੇਰੀ ਅੱਧੀ ਉਮਰ ਲੰਘ ਗਈ ਆ ਪ੍ਰਧਾਨਗੀ ਦਾ ਜਵਾੜ ਕਿਵੇਂ ਜੁਗਾੜ ਕਿਵੇਂ ਬਣਾ ਲਿਆ ਹਾਲੇ ਗੱਲ ਚੱਲ ਹੀ ਰਹੀ ਸੀ ਕਿ ਵਿੱਚੇ ਸੂਬੇਦਾਰ ਪਤੰਗ ਮੋਗੇ ਵਾਲੇ ਦਾ ਫੋਨ ਆ ਗਿਆ ਭੰਗੂ ਮੈਨੂੰ ਪਤਾ ਤੂੰ ਵੀ ਜਾਣਦਾ ਫੌਜ 'ਚ ਜਦੋਂ ਕੋਈ ਕਿਸੇ ਨੂੰ ਪੁੱਛ ਨਾ ਫੜਾਉਂਦਾ ਹੋਵੇ ਤਾਂ ਉਹਨੂੰ ਪਰ ਮੋਸ਼ਨ ਦੀ ਪੂਛ ਲਾ ਕੇ ਕਾਬੂ ਕੀਤਾ ਜਾਂਦਾ ਹੁਣ ਡਟ ਕੇ ਜਵਾਨਾਂ ਵਾਂਗ ਪੂਛ ਦੀ ਲਾਜ ਰੱਖੀ ਕਿਤੇ ਚੱਡਿਆਂ ਚ ਲੈ ਕੇ ਤੁਰਿਆ ਫਿਰੇ ਮੱਤਾਪੂਰਨ ਪੂਛ ਲੈਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਅਸੀਂ ਬੜੇ ਖੁਸ਼ ਸੀ ਮਿੱਤਰ ਪਿਆਰਿਆਂ ਦੇ ਫੋਨ ਸੁਣ ਕੇ ਪ੍ਰਧਾਨਗੀ ਦਾ ਜਸ਼ਨ ਨਾ ਹੋਵੇ ਕਿਵੇਂ ਹੋ ਸਕਦਾ ਸੀ ਪਹਿਲੇ ਦਿਨੀ 3500 ਨੂੰ ਥੁੱਕ ਲੱਗਾ ਬੇਸ਼ੱਕ ਸਾਡੇ ਹਿੱਸੇ ਦੋ ਪੈਗ ਵਿਸਕੀ ਤੇ ਇੱਕ ਖਾਰੇ ਦੀ ਬੋਤਲ ਹੀ ਆਈ ਬਾਕੀ ਸਭ ਕੁਝ ਸਾਡੇ ਪਿੱਛੇ ਪੂਛਾਂ ਲਾਉਣ ਵਾਲੇ ਜਾਣਣ ਤੇ ਅਸੀਂ ਗੁਲਾਬੀ ਜੇ ਹੋਏ ਆਪਣੇ ਖਾਸ ਮਿੱਤਰ ਤੇਜਾ ਤੇ ਕੜਮਬਾਜ ਜੋ ਸਾਡੇ ਤੋਂ ਬਾਅਦ ਪ੍ਰਧਾਨਗੀ ਦੀ ਪੂਛਦਾ ਆਪਣੇ ਆਪ ਨੂੰ ਦਾਵੇਦਾਰ ਸਮਝਦਾ ਸੀ ਉਹਦੇ ਉੱਤੇ ਤੇ ਘਰ ਪਰਿਵਾਰ ਤੇ ਪ੍ਰਧਾਨਗੀ ਦਾ ਰੋਪ ਜਿਹਾ ਪਾਉਣ ਲਈ ਆਪਣੇ ਨਾਲ ਹੀ ਲਿਆ ਆਏ ਸੀ ਕਾਫੀ ਲੇਟ ਜਿਉਂ ਹੀ ਘਰ ਦੀ ਡੋਰ ਬੈਲ ਦੇ ਬਟਨ ਤੇ ਹੱਥ ਰੱਖਣ ਹੀ ਲੱਗੇ ਅੰਦਰੋਂ ਸ਼੍ਰੀਮਤੀ ਉਰਫ ਵੇਲਣਾ ਸਰਕਾਰ ਦੀ ਕੜਕਵੀਂ ਆਵਾਜ਼ ਕੰਨੀ ਪਈ ਅੱਜ ਆ ਲੈਣ ਵੱਡੇ ਲਖਾਰੀ ਨੂੰ ਕਿ ਮੈਂ ਪ੍ਰਧਾਨਗੀ ਦੀ ਪਾਰਟੀ ਦੇਣ ਜਾਣਾ ਇਹਨੂੰ ਇਹ ਪਤਾ ਨਹੀਂ ਵੀ ਘਰ 'ਚ ਵੀ ਕਿਸੇ ਨੇ ਢਿੱਡ ਨੂੰ ਝੁਲਕਾ ਦੇਣਾ ਫਾਸਫੇਰ ਕੀ ਸੀ ਸਾਡੀ ਪ੍ਰਧਾਨਗੀ ਦੀ ਆਕੜੀ ਪੂਛ ਲੱਕ ਨਾਲ ਲੱਗੀ ਛੱਟ ਦੇਣੇ ਛੱਡਿਆਂ 'ਚ ਸੀ ਤੇ ਪਤੰਗ ਦੇ ਬੋਲ ਕੰਨਾਂ 'ਚ ਗੂੰਜ ਰਹੇ ਸੀ ਅਸੀਂ ਪਿੱਛੇ ਭੌਂ ਕੇ ਵੇਖਿਆ ਨਾਲ ਵਾਲੇ ਖਾਸ ਮਿੱਤਰ ਖੋਤੇ ਦੇ ਸਿੰਘਾਂ ਵਾਂਗ ਗਾਇਬ ਸੀ ਅਸੀਂ ਬੀਬੇ ਰਾਣੀ ਬਣ ਕੇ ਘੰਟੀ ਦਾ ਜਗਦਾ ਬਟਨ ਦਬ ਦਿੱਤਾ ਹੁਣ ਤੁਸੀਂ ਸੋਚ ਰਹੇ ਹੋਗੇ ਕਿ ਸਾਡੇ ਨਾਲ ਘਰ 'ਚ ਜਿਹੜੀ ਉਹ ਖਾਣੀ ਹੋਈ ਉਹ ਵੀ ਲਿਖਾਂ ਯਾਰ ਜ਼ਿਮੇਵਾਰ ਪ੍ਰਧਾਨ ਐਨਾ ਬੇਕੁਫ ਨਹੀਂ ਕਿ ਘਰ ਦੀ ਗੱਲ ਬਾਹਰ ਕੱਢਾ ਪਰ ਪੰਜਾਬੀ ਦੇ ਮੋਢੀ ਵਿਦਵਾਨਾਂ ਵਿੱਚੋਂ ਡਾਕਟਰ ਮੋਹਨ ਸਿੰਘ ਦੀਵਾਨਾ ਜੀ ਦੇ ਲਿਖੇ ਬੋਲ ਜ਼ਹਿਨ 'ਚ ਨਹੀਂ ਬਿਸਰਦੇ ਦੁਨੀਆ ਕੁੱਤੇ ਦੀ ਪੂਛ ਲੈਏ ਨਹੀਂ ਸਿੱਧੀ ਹੋਣਾ ਕਿ ਧੰਨਵਾਦ